भजने क्या शाये केदा पौधा है केदा है ये सरकार मूली है मूली राजा को आदि वाण है मतलब है क्या करे सो तुसा बीज इंदा फटने पियो एंदे सी ढेर फायदे हो ए अगर मूली है मूली जेकर तुसा खा सको तो ठीक खावण कने बच वंजे ते वाला वो बीज जैसी ਉਹਦਾ ਬੀਜ ਵਾਲਾ ਖਵੀ ਸਕਦੇ ਭਾਜੀ ਬਣ ਕੇ ਫਲਿਆਂ ਯਾਨੀ ਕਿ ਤੁਸੀਂ ਪੱਕੇ ਸੋ ਇੰਦਾ ਸਾਲਨ ਬਣੇ ਨੇ ਕਿ ਮੈਂ ਕੋਈ ਨਹੀਂ ਲੱਗਦੇ ਫਲਿਆਂ ਪਕਾਇ ਸੂ ਆਸਾਂ ਮੂਲੀ ਨਹੀਂ ਮੂਲੀ ਤੇ ਜੀ ਜੀ ਇਹ ਨਵੀਂ ਟੈਕਨੀਕ ਹੈ ਇਹ ਮੂਲੀ ਹੈ ਮੁੰਠੇ ਮੂਲੀ ਹੈ ਰੀਅਲ ਮੂਲੀ ਹੈ ਯਾਰ ਇਹ ਦੇ ਇਹ ਹੁਣ ਪੱਕ ਗਈ ਹੈ ਪੱਕ ਗਈ ਫਲਿਆਂ ਚਾਤਨ ਸੀ ਬਲਾ ਇਹ ਫਲਿਆਂ ਦਾ ਭਾਜੀ ਪੱਕ ਸੀ ਸਰੇ ਕੀ ਜਾਕੂ ਤਾਂ ਜੀ ਜੀ ਇਹ ਦੇਖੋ ਨਾ ਅਸੀਂ ਇਹ ਚੁੱਕ ਗਈ ਅਸੀਂ ਇਹ ਪੱਟਣ ਕਨੇ ਖਾਵਣ ਕਰੇ ਜ਼ਮੀਨ ਕਮਜ਼ੋਰ ਆਈ ਭਾਵੇਂ ਜੇਰਾ ਕੁਝ ਆ ਜਾਂ ਪਾਣੀ ਸਹੀ ਨਹੀਂ ਮਿਲਦਾ ਜਾਂ ਪਾਣੀ ਨਹੀਂ ਮਿਲਿਆ ਕਮਜ਼ੋਰ ਥੀ ਗਈ ਵਾਲਾ ਇਹ ਆਪਣਾ ਫੁੱਲ ਸ਼ੁਲ ਕੱਢੀ ਸਿਰ ਕੇ ਫੱਲਾਂ ਚਾਤੀ ਖੜੀ ਜੀ ਆ ਤੇ ਚਲੋ ਹਣੇ ਗੋੜੀ ਨਾ ਸਹੀ ਤੇ ਗੋੜੀ ਦੀ ਅਮਾ ਸਹੀ ਮਤਲਬ ਮੂਲੀ ਨਹੀਂ ਅਗਰ ਖਵੀ ਚਾਹੀ ਤੁੰਦੇ ਫੱਲਾਂ ਹਾਂ ਹਾਂ ਕੋਈ ਚੀਜ਼ ਮਤਲਬ ਇਹ ਬੇਕਾਰ ਕਹਿਨੀ ਬੇਕਾਰ ਕਹਿਨੀ ਹਰ ਸ਼ੇਕਾਰ ਹਲ ਇਹ ਚੋਖੜੀ ਪਪੈਂਦੀ ਹੈ बस ये तकरीबन मेरे ख्याल एक महीने की है अच्छा इन फलियां बाजार मिलद हो सर बिल्कुल बिल्कुल मिल जाती बाजार दे विच मिल जाती लेकिन असा तो बाजार वाली चीज घट खा ना वो पचात का साडा इलाका है उतां पचात कच्चा इलाका ही होंदे ट्रैबल एरिया होंदे उतां असां एक बोर कीती पियूं जिंदे उते 51 प्लेट लाती है 330 हाली यानी 300 वाट दे विच ते हींदे उते असां रकबा बात कीती पियूं 25 एकड़ यानी 50 बीघा और ये सारम है माशाल्लाह देखो जबरदस्त जिमीदार हम कणक भी है वसल भी है मतलब आखण का ये अगर बंदे दी ट्रैबल एरिए दे विच जमीन होवे ਫਸਲ ਸੀ ਕੋਈ ਕਿਸਮ ਦੀ ਵੀ ਰਹੋ ਮਾਸ਼ਾਅੱਲਾ ਜ਼ਮੀਨ ਜੋ ਜੀ ਕੋਈ ਫਸਲ ਹੀ ਹੋਵੇ ਤਾਂ ਕਨੇ ਗੰਦਮ ਸੀ ਵੀ ਸੀ ਜ਼ਬਰਦਸਤ ਹੀ ਬਹੁਤ ਘੱਟ ਖਰਚੇ ਦੇ ਨਾਲ ਬਹੁਤ ਘੱਟ ਖਾਦ ਦਾ ਖਰਚਾ ਬਹੁਤ ਘੱਟ ਹੁੰਦਾ ਕਪਾਹ ਵੀ ਚੰਗੀ ਤਾਂ ਕਨੇ ਕਪਾਹ ਪਿਛਲੇ ਸਾਲ ਸਾਰੀ ਹੈ ਤਾਂ ਕਨੇ ਮਾਸ਼ਾਅੱਲਾ ਬਹੁਤ ਅੱਛੀ ਹੈ ਇਹ ਫਾਰਮ ਨੂੰ ਰੂ ਪਾਣੀ ਮੈਂ ਦਿੱਤਾ ਟੋਟਲ ਬਾਰਿਸ਼ ਨਹੀਂ ਸੀ ਅਗਰ ਬਾਰਿਸ਼ ਸੀ ਬਾਤ ਕੋਈ ਪਾਣੀ ਦੀ ਜ਼ਰੂਰਤ ਕਰਨ ਵਾਲੀ ਤਕਰੀਬਨ ਇੱਕ ਪਾਣੀ ਮਿਲਿਆ ਆਖਿਰ ਦੇ ਵਿੱਚ ਬਸ ਹੁਣ ਹੀ ਕੋਈ ਪਾਣੀ ਦੀ ਜ਼ਰੂਰਤ ਪੈਣੀ ਬਿਲਕੁਲ ਪਾਣੀ ਇੱਕ ਆ ਗਏ ਅੱਜ ਕੋਲ ਤਕਰੀਬਨ 10 ਦਿਨ ਪਹਿਲੇ ਹੁਣ ਕੋਈ ਪਾਣੀ ਦੀ ਇਹ ਮਤਲਬ ਡੂ ਪਾਣੀ ਲੱਗੇ ਪਣੀ ਕੋ ਸਿਰਫ ਸਾਰਮ ਇੱਕ ਮਤਲਬ ਇੱਕ ਦੇ ਉੱਤੇ ਮੈਂ ਇੱਕ ਰਾਦੇ ਬਿਆ ਇੱਕ ਉੱਤੋਂ ਪਾਣੀ ਯਾਨੀ ਇੱਕ ਪਾਣੀ ਹੁਣ 10 ਦਿਨ ਪਹਿਲੇ ਖਾਦ ਬੀਜ ਨਾਲ ਵਟਰਾਓ ਆਖੋ ਤੇ ਜਰਾ ਕੁਝ ਨਹੀਂ ਤਾਂ ਕਹਿ ਨਹੀਂ ਆਈ ਖਾਦ ਬੀਜ ਦੀ ਤਾਂ ਜ਼ਰੂਰਤ ਘਟ ਵੱਧ ਹੁੰਦੀ ਹੈ ਪਚਾਤ ਦੇ ਏਰੀਆ ਦੇ ਵਿੱਚ ਜ਼ਮੀਨਾਂ ਬਹੁਤ ਅੱਛਾ 3 ਏਕੜ ਸਰਮ ਦੀ ਸਿਰਫ 10 ਕਿਲੋ ਬੀਜ ਆਏ ਨੇ 3 ਏਕੜ ਦੇ ਵਿੱਚ 10 ਕਿਲੋ ਬੀਜ ਸਰਮ ਦਾ ਮਤਲਬ ਥੋੜੇ ਜਿਹੇ ਖਰਚੇ ਦੇ ਨਾਲ ਜ਼ਮੀਨ ਆਬਾਦ ਥੀ ਸਕਦੀ ਹੈ ਬਗੈਰ ਬਿਜਲੀ ਦੇ ਜੰਝਕ ਦੇ ਜਾਂ ਡੀਜ਼ਲ ਦੇ ਯਾਨੀ ਆਪਣਾ ਪਲੇਟਾਂ ਗਿਣ ਕੇ ਲਾ ਦਿਓ ਚੋਖਾ ਅਰਸਾ ਥੀ ਗਈ ਬੋਰ ਕੋ ਮਤਲਬ ਟਰਪਾਈਨ ਕੋ ਲਾਏ ਹੋਏ 3 ਸਾਲ ਕਨੇ ਇੱਕੇ ਪਲੇਟਾਂ ਚੱਲ ਜਾਂ ਬਣ ਜਾਂ ਤੋ ਹੁਣ ਥੋੜ੍ਹਿਆਂ ਬਹੁਤ 3 ਪਲੇਟਾਂ
ਉਹ ਵੀ ਆਪਣੀ ਗੱਫਲਾ ਤੋੜੀ ਭਾਜਾ ਤੋੜਦੀ ਠੀਕ ਹੈ ਜਨ ਪਰੇ ਹਾਂ ਇਤਲਾ ਦੋਣ ਤੇ ਹੀ ਮੰਦਮ ਤਾਂ ਕਿਮਤ ਕਰਾਂ ਨਾ ਮੇਰੇ ਜਿੰਦਾ ਕਰ ਰਹਾ ਹਾਂ ਤੂੰ ਜੋਲ ਮੈਨੂੰ ਕੋ ਪਤਾ ਦਾ ਚਾਹ ਪੀਉਣੀ ਹੈ ਮੈਂ ਕੋ ਭੇਜ ਤਾਂ ਲੱਗਦੇ ਡਰ ਕਿਆ ਲੱਗਦੇ ਪਛਨ ਕਿਨਾ ਹੈ ਪੁੱਲ ਨਹੀਂ ਚੰਬੜਦੇ ਬੰਦੇ ਕੋ ਸ਼ਰਮ ਦੇ ਪੁੱਲ ਮਾਸ਼ਾਅੱਲਾ ਇਹ ਪੇਮੰਦ ਬੇਰ ਹੈ ਸਿੰਘ ਪੇਮੰਦ ਬੇਰ ਹੈ ਇਹ ਉਹ ਬੇਰ ਹੈ ਇਹ ਮੁਲਰਕੀਆਂ ਜੀ ਬੇਰ ਹੈ ਕਿ ਜਿਹਨੇ ਵਿੱਚ ਗੜਕਾ ਨਹੀਂ ਹੁੰਦੀ ਸੇਬ ਵਾਲੀ ਕਾ ਹਾਲੇ ਤੇ ਛੋਟੇ ਬਣ ਕੱਚੇ ਬਣ ਬਿਊਟੀਫੁਲ ਚਲੇ ਅਗਲੇ ਮਹੀਨੇ ਤੱਕ ਇਹ ਬੇਰ ਹੈ ਦੋਸਤੋ ਜਿਹੜੀ ਪੇਮੰਦ થઈ ਹੋਈ ਹੈ ਪਹਿਲਾ ਸਾਲ ਸੀ ਯਾਰ ਇਹ ਤਾਂ ਮਾਖੀ ਵੱਧਦੀ ਹੈ ਇਧਰ ਸਾਰੀ ਛੋਟੀ ਬੇਟੀ ਉਹ ਸੀ ਕਿਤੇ ਨਾ ਕਿਤੇ ਕਿਉਂਕਿ ਸਰਮ ਦੇ ਉੱਤੇ ਮਾਖੀ ਆਪਣਾ ਚਰਾ ਕਰੇ ਨਹੀਂ